उन्होंने एक यहोजी कन्विंसिंग आवाज़ न मारी, भैन आ जा तू चली जानी आ भी तुर के जानी है तो आज तुम छड़ देने माता जी निगाह कमजोर आ। सो इन्हों लग्या भी शायद साढ़े गवांढी ने या करतार दा गड्डी दे नेड़े होए तो जो जो तक इन्हों अवेयर होंगे कि कोई हो रहा उन्होंने जाके गड्डी दे विच सिट लिया। हाँ मुकाबला तो किया ही, तो आपने अपनी एक वाली भी लई, जो मुकाबला किया एक वाली भी लई आपने, तो गड्डी दे विचों भी उतरे, नहीं तो मेरे नाल कोई भी हासा कर सकते। सो ये साड़ी माता की दलेरी है जां हिम्मत आ, उन्होंने उन्होंने जदों कि अंदर कूणी मारी उहदे गड्डी दे विच लगी, लेडी भी हर्ट हुई, दूजी लेडी ने गल फड़ लिया कि जे मैनू सिट्टोंगे तो मैं इहनू भी नाल लैके जाऊंगी। मशहूर पंजाबी अदाकार करतार चीमा की बजुर्ग माता नाल लुट की वारदात की कोशिश, बजुर्ग माता ने विखाई बहादुरी। ये तस्वीर ने पंजाबी फिल्म अदाकार करतार चीमा दियाँ जिन्हां की बजुर्ग माता नाल कुछ अणपछाते बंदियां वल्लों लिफ्ट देण दा बहाना उन्हां नूं कार च बिठा के लुट की वारदात की गई। पूरे मामले ते जानकारी देंदे होया बजुर्ग माता ने की दस्या, ਤੁਸੀਂ ਵੀ ਸੁਣੋ। ਦੇਖੋ ਜੀ ਮੈਂ ਗੁਰਦੁਆਰਾ ਸਾਹਿਬ ਤੋਂ ਆ ਰਹੀ ਸੀ, ਗੁਰਦੁਆਰਾ ਸਾਹਿਬ ਤੋਂ ਆ ਰਹੀ ਸੀ, ਉਸ ਤੋਂ ਬਾਅਦ ਇੱਕ ਗੱਡੀ ਆਈ, ਇਹਦੇ 'ਚ ਤਿੰਨ ਬੀਬੀਆਂ ਸਨ ਅਤੇ ਇੱਕ ਭਾਈ ਚਲਾ ਰਿਹਾ ਸੀ, ਡਰਾਈਵਰ ਸੀ, ਅਤੇ ਉਹਨੇ ਸਾਰਾ ਮਫਰ ਦੇ ਨਾਲ ਆਪਣਾ ਵੀ ਸਾਰਾ ਕੱਜਿਆ ਹੋਇਆ ਸੀ ਮੂੰਹ, ਅਤੇ ਬੀਬੀ ਦਾ ਵੀ ਥੋੜ੍ਹਾ ਮੂੰਹ ਕੱਜਿਆ ਹੋਇਆ ਸੀ, ਅਤੇ ਮੈਨੂੰ ਕਹਿੰਦੀ ਬੀਬੀ ਆ ਜਾਓ ਬਹਿ ਜਾਓ। ਮੈਂ ਆਪਣੀ ਗੁਆਂਢਣ ਦੇ ਭੁਲੇਖੇ ਬਹਿ ਗਈ, ਮੈਂ ਕਿਹਾ ਵੀ ਚਲੋ ਸਾਡੇ ਅੱਗੇ ਵੀ ਅਸੀਂ ਚਲੇ ਜਾਂਦੇ ਹਾਂ, ਅਤੇ ਮੈਂ ਬਹਿ ਗਈ ਹਾਂ। ਜਦੋਂ ਮੈਂ ਬੈਠੇ ਬਹਿ ਜਦੋਂ ਮੈਨੂੰ ਉਹਨਾਂ ਨੇ ਗੱਡੀ 'ਚ ਪਾ ਲਿਆ, ਗੱਡੀ 'ਚ ਪਾ ਕੇ ਅਤੇ ਬਾਅਦ ਜਿਸ ਮੇਰੀਆਂ ਉਹ ਵਾਲੀਆਂ ਲਾਉਣ ਲੱਗ ਗਏ ਨੇ, ਇੱਕ ਮੇਰੇ ਉੱਤੇ ਬਹਿ ਗਈ ਹੈ, ਕਹਿੰਦੀ ਮੈਂ ਥੱਲੇ ਉਤਰਨਾ ਥੱਲੇ ਉਤਰਨਾ, ਉਹ ਮੇਰੇ ਉੱਤੇ ਚੜ੍ਹ ਕੇ ਬਹਿ ਗਈ ਹੈ। ਮੈਂ ਉਹਨਾਂ ਤੋਂ ਅਸੀਂ ਧੱਕਾ ਮਾਰ ਕੇ ਆਪਣੀਆਂ ਵਾਲੀਆਂ ਖੋਹੀਆਂ, ਵਾਲੀ ਖੋਹੀ ਧੱਕਾ ਮੁੱਕੀ ਦੇ ਵਿੱਚ ਵੀ ਮਤਲਬ ਇੱਕ ਵਾਲੀ ਰਹਿ ਗਈ ਉੱਥੇ, ਇੱਕ ਮੈਂ ਲੈ ਆਈ। ਦੂਜੀ ਗੱਲ ਇਹ ਵੀ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ, ਜਿਹੜੀ ਗੱਲ ਇਸ ਤਰ੍ਹਾਂ ਹੋਈ ਹੈ ਬਹੁਤ ਗਲਤ ਹੈ, ਅਤੇ ਜੇ ਕੋਈ ਬਜ਼ੁਰਗ ਜਾਂਦਾ ਜੇ ਉਹਦੀ ਤੁਸੀਂ ਇੱਜ਼ਤ ਨਹੀਂ ਕਰਨ ਜੋਗੇ ਤਾਂ ਤੁਸੀਂ ਉਹਦਾ ਤੁਸੀਂ ਉਹਦੇ ਨਾਲ ਗਲਤ ਕੰਮ ਵੀ ਨਾ ਕਰਿਆ ਕਰੋ। ਜਿਸ ਤਰ੍ਹਾਂ ਦਾ ਮਾਂ ਪਿਓ ਤੁਹਾਡਾ ਘਰ ਹੈ ਉਸ ਤਰ੍ਹਾਂ ਦਾ ਮਾਂ ਪਿਓ ਸਾਡਾ ਘਰ। ਤੁਸੀਂ ਫਿਰ ਉਹਨਾਂ ਦਾ ਮੁਕਾਬਲਾ ਵੀ ਕੀਤਾ ਹੈਗਾ? ਹਾਂ ਮੁਕਾਬਲਾ ਤਾਂ ਕੀਤਾ ਹੀ, ਅਤੇ ਆਪਾਂ ਨੇ ਆਪਣੀ ਇੱਕ ਵਾਲੀ ਵੀ ਲਈ, ਜੇ ਮੁਕਾਬਲਾ ਕੀਤਾ ਇੱਕ ਵਾਲੀ ਵੀ ਲਈ ਆਪਾਂ ਨੇ, ਅਤੇ ਗੱਡੀ ਦੇ ਵਿੱਚੋਂ ਵੀ ਉਤਰੇ, ਨਹੀਂ ਤਾਂ ਉਹ ਮੇਰੇ ਨਾਲ ਕੋਈ ਵੀ ਹਾਸਾ ਕਰ ਸਕਦੇ ਸਨ। ਹਾਂਜੀ ਪਰ ਤੁਸੀਂ ਹਿੰਮਤ ਦਿਖਾਈ ਹੈਗੀ? ਹਾਂ ਆਪਣੀ ਹਿੰਮਤ, ਮੈਂ ਕਿਹਾ ਸੀ ਜੀ ਇੱਥੇ ਜਿੱਥੇ ਉਹ ਚੱਲ ਰਿਹਾ ਸੀ ਉੱਥੇ ਕੈਮਰਾ ਸੀ, ਵੀ ਕੈਮਰੇ ਦੇ ਵਿੱਚ ਜਦੋਂ ਮੈਂ ਕਿਹਾ ਵੀ ਤੁਹਾਡੇ ਗੱਡੀ ਪਲੇਟ ਸਾਰੀ ਚੀਜ਼ ਤੁਹਾਡੀ ਵਿੱਚ ਆ ਜੂਗੀ, ਉਸ ਤਰ੍ਹਾਂ ਹੀ ਤੁਹਾਨੂੰ ਬੈਠਦਾ ਤੁਹਾਨੂੰ ਫੜਦਿਆਂ ਕਰਦਿਆਂ ਸਾਰੀ ਚੀਜ਼ ਵਿੱਚ ਆ ਜਾਣੀ ਹੈ, ਅਤੇ ਅੱਗੇ ਵੀ ਮਤਲਬ ਢਾਬਾ ਹੈ ਅਤੇ ਤੁਸੀਂ ਵੀ ਇਹ ਕੰਮ ਗਲਤ ਕਰ ਰਹੇ ਹੋ। ਹਾਂਜੀ ਧੱਕਾ ਮੁੱਕੀ ਤਾਂ ਹੋਣਾ ਹੀ ਸੀ ਜੇ ਤੁਹਾਨੂੰ ਮੇਰੀ ਵਾਲੀ ਤਾਰਦੀ, ਮੈਂ ਵਾਲੀ ਤਾਂ ਖੋਣੀ ਹੋਈ ਸੀ। ਹਾਂਜੀ ਬਸ ਇੰਨੀ ਗੱਲ ਹੋਈ ਹੈ, ਫਿਰ ਮੈਨੂੰ ਉੱਥੇ ਤਾਰ ਗਏ ਨੇ ਜਾਂ ਉੱਥੇ ਸੱਟ ਗਏ ਨੇ ਵੀ ਉੱਥੇ ਲਾਈ ਹੈ, ਉੱਥੋਂ ਮੈਂ ਆਪਣੇ ਘਰ ਆ ਗਈ ਹਾਂ। ਮੈਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਪਾਇਆ, ਅਵੇਅਰਨੈਸ ਹੈ ਕਿ ਤੁਸੀਂ ਇੱਕ ਤਾਂ ਕਿਸੇ ਵੀ ਅਣਜਾਣ ਬੰਦੇ ਨੂੰ ਲਿਫਟ ਨਾ ਦਿਓ, ਕੋਈ ਤੁਹਾਨੂੰ ਜਿੰਨਾ ਮਰਜ਼ੀ ਕੁਛ ਕਹਿ ਦੇਵੇ ਕਿ ਆ ਜਾਓ ਤੁਹਾਨੂੰ ਛੱਡ ਦਿੰਦੇ ਹਾਂ, ਆਪਣਾ ਆਟੋ ਕਰਕੇ ਚਲੇ ਜਾਓ, ਅਤੇ ਬਿਲਕੁਲ ਨਹੀਂ ਹੈ ਕਿਸੇ ਤੋਂ ਮਤਲਬ ਕਿਸੇ 'ਤੇ ਭਰੋਸਾ ਨਹੀਂ ਕਰਨਾ। ਇੱਕ ਮੇਰੀ ਇੱਥੇ ਪੁਲਿਸ ਡਿਪਾਰਟਮੈਂਟ ਅਤੇ ਪ੍ਰਸ਼ਾਸਨ ਨੂੰ ਵੀ ਹੈ ਕਿ CCTV ਕੈਮਰੇ ਜਾਂ ਫਿਰ ਕਿਤੇ ਮੈਨੂੰ ਸੁਨਾਮ ਦੇ ਵਿੱਚ ਕੋਈ ਨਾਕਾ ਇਹੋ ਜਿਹਾ ਨਹੀਂ ਦਿਖਦਾ ਜਿੱਥੇ ਪ੍ਰੋਪਰ ਚੈੱਕਅਪ ਹੁੰਦਾ ਹੋਵੇ, ਗੱਡੀਆਂ ਚੈੱਕ ਹੁੰਦੀਆਂ ਹੋਣ ਜਾਂ ਫਿਰ ਉਹਦੇ ਵਿੱਚ ਕੁਛ ਕਿਸ ਤਰ੍ਹਾਂ ਦੀ ਵੀ ਚੀਜ਼ ਆ ਸਕਦੀ ਹੈ, ਹੈ ਨਾ। ਅਗਲਾ ਵੈਪਨ ਵੀ ਰੱਖ ਸਕਦਾ, ਹਥਿਆਰ ਵੀ ਰੱਖ ਸਕਦਾ, ਸਮਗਲਿੰਗ ਵੀ ਕਰ ਸਕਦਾ, ਹੈ ਨਾ, ਨਜਾਇਜ਼। ਹੁਣ ਜਿਹੜੇ ਸਾਡੀ ਮਾਤਾ ਜੀ ਨੂੰ ਜਿਨ੍ਹਾਂ ਨੇ ਵੀ ਹਰਟ ਕਰਨ ਦੀ ਹਾਦਸਾ ਹੋ ਸਕਦਾ, ਉਹ ਗੱਡੀ ਦਾ ਨੰਬਰ ਵੀ ਸਹੀ ਨਹੀਂ ਹੈਗਾ, ਹੈ ਨਾ, ਜਿੱਥੇ ਵੀ ਚੈੱਕ ਕਰੋ ਨਹੀਂ, ਅਤੇ ਚੈਕਿੰਗ ਹੋਵੇ ਪ੍ਰੋਪਰ, ਸਿਕਿਉਰਿਟੀ ਹੋਵੇ, ਤਾਂ ਕਿਉਂ ਇਹੋ ਜਿਹੇ ਹਾਦਸੇ ਹੋਣ। ਹੁਣ ਬਜ਼ੁਰਗ ਸਵੇਰੇ ਸਵੇਰੇ ਸੈਰ 'ਤੇ ਜਾਂਦੇ ਆ ਜਾਂ ਫਿਰ ਇੱਥੇ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਣ, ਇੱਕ ਪੈਟਰੋਲਿੰਗ ਤਾਂ ਚਾਹੀਦੀ ਹੈ ਨਾ, ਇੱਕ ਅੱਧਾ ਮੋਟਰਸਾਈਕਲ ਪੈਟਰੋਲਿੰਗ ਕੋਈ ਪੁਲਿਸ ਦੀ ਸੜਕ ਦੇ ਉੱਤੇ ਘੁੰਮਦੀ ਹੋਵੇ, ਕਿਸੇ ਦੀ ਇੰਨੀ ਹਿੰਮਤ ਨਹੀਂ ਪੈਂਦੀ ਹੈਗੀ। ਬਾਕੀ ਤੁਸੀਂ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੋ ਸਾਰੇ, ਕੋਈ ਵੀ ਸੋਨਾ ਜਾਂ ਕੋਈ ਕੀਮਤੀ ਚੀਜ਼ ਉਹਨਾਂ ਨੂੰ ਨਾ ਪਾ ਕੇ ਸੈਰ 'ਤੇ ਜਾਣ ਦਿਆ ਕਰੋ, ਹੋ ਸਕਦਾ ਕਿ ਉਹ ਇਹ ਚੀਜ਼ ਨੂੰ ਦੇਖ ਕੇ ਅਟਰੈਕਟ ਹੁੰਦੇ ਨੇ ਲੋਕ ਸੋਨੇ ਨੂੰ ਦੇਖ ਕੇ, ਅਤੇ ਤੁਹਾਨੂੰ ਹਰਟ ਵੀ ਕਰ ਸਕਦੇ ਆ। ਅਤੇ ਮੈਨੂੰ ਲੱਗਦਾ ਕਿ ਜੇ ਇਹਨਾਂ ਨੇ ਵੀ ਜਾਣਾ ਸੈਰ 'ਤੇ, ਇੱਕ ਦੋ ਦਾ ਗਰੁੱਪ ਜਾਂ ਫਿਰ ਗੁਰਦੁਆਰਾ ਸਾਹਿਬ ਬੀਬੀਆਂ ਇੱਕ ਦੋ ਦਾ ਗਰੁੱਪ ਬਣਾ ਕੇ ਜਾਣ, ਕਿਉਂਕਿ ਇਹ ਸਮਾਜ ਇੰਨਾ ਕੁ ਗੰਦਲਾ ਹੋ ਚੁੱਕਿਆ। ਪਹਿਲਾਂ ਵਾਲਾ ਜੋ ਵੀ ਸੀ ਰਿਸ਼ਤਿਆਂ ਦੀ ਪਵਿੱਤਰਤਾ ਸੀ ਜਾਂ ਫਿਰ ਇੱਕ ਦੂਜੇ ਦਾ ਸਨਮਾਨ ਸੀ ਜਾਂ ਭਰੋਸਾ ਕਰ ਸਕਦੇ ਸੀ, ਉਹ ਨਹੀਂ ਰਿਹਾ ਇਹਨਾਂ ਦੇ ਵਿੱਚ। ਸੋ ਹਰ ਇੱਕ ਨੂੰ ਆਪਣਾ ਸੋਚ ਸਮਝ ਕੇ ਚੱਲਣਾ ਚਾਹੀਦਾ। ਬਹੁਤ ਜ਼ਿਆਦਾ ਹਿੰਮਤ ਦਿਖਾਈ ਹੈ ਜੀ, ਨਹੀਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ, ਹਿੰਮਤ ਦਿਖਾਈ ਜਾਂ ਥੋੜ੍ਹੀ ਚਲਾਕੀ ਦਿਖਾਈ ਜਾਂ ਦੁਕਾਨ ਨਾਲ ਕੰਮ ਕੀਤਾ, ਉਹਦੇ ਬਾਰੇ ਕੀ ਕਰੇਗਾ? ਨਹੀਂ ਚਲੋ ਮਾਤਾ ਜੀ ਦਾ ਮੇਰਾ ਇਹ ਹੈਗਾ ਕਿ ਸ਼ੁਰੂ ਤੋਂ ਦਲੇਰ ਨੇ, ਤੋ ਜੇ ਕਈ ਵਾਰ ਜੇ ਕੋਈ ਮੇਰਾ ਦੋਸਤ ਵੀ ਤਾਂ ਕਾਲਜ ਟਾਈਮ ਕਿਸੇ ਨੂੰ ਸੱਟ ਲੱਗਦੀ, ਲੜ ਲੁੜ ਕੇ ਅਸੀਂ ਘਰ ਆ ਜਾਂਦੇ, ਮਾਤਾ ਜੀ ਹਮੇਸ਼ਾ ਸਾਂਭਦੇ ਸੀ ਸਾਨੂੰ। ਮੇਰੇ ਦੋਸਤਾਂ ਵਾਸਤੇ ਕਾਲਜ ਟਾਈਮ
अड ही साढ़े आ घर के पिछे बैठक पाई हुई है कि चाहे 20-25 दोस्त उन्होंने आके उत्थे बैठना है। अज भी मेरे दोस्त कोई चंडीगढ़ तो बठिंडा जां सरसा कितने भी जाता है, मैं इतने नहीं है शहर चंडीगढ़ रहना बॉम्बे जाना, इतने बह के जाते हैं, रोटी पानी खा के जाते हैं, माता को मिल के जाते हैं। सो ये साड़ी माता की दलेरी है ज हिम्मत आ, उन्होंने उन्होंने जदों कि अंदर कूणी मारी वो गड्डी दे विच लगी, लेडी भी हर्ट हुई, दूजी लेडी इन्होंने गल फड़ लिया कि जे मैनू सिट्टोंगे तो मैं इन्हू भी नाल लेके जाऊंगी। सो ये दलेरी है। एक ये गैंग भी हो सकता है जी, जिस तरह लेडीज नाल लेके तुरदे ने, जिहड़े ऑब्वियसली हुण जे लेडीज लेके नाल तुरे आ गैंग किन्ना खतरनाक हो सकता, तुसीं ये सोचो। मैनू ये नहीं समझ आउंदी कि मुंडे तां चलो पहला सुणिया सी फलाणा मारताड़ करदे आ बंदूक ते जां कुछ भी, वो लेडीज़ ने। हुण साडा एक रिवाज आ पिंडां दा साडा इत्थे, जे कोई आउंदा जांदा अगला कहिंदा बीबी आ जा बहि जा मैं करतार दा दोस्त हाँ, जां फिर आ नाल दा गवांडी आ असीं लिफ्ट दे दिंदे आ। हुण उन्हां ने एक इहो जी कन्विंसिंग आवाज़ नाल मारी, भैण आ जा तूं चली जानी आ, वी तुर के जानी आ ते तैनूं छड्ड दिंदे आ, माता जी निगाह कमजोर आ। सो इन्हां नूं लग्गिया वी शायद साडे गवांडी ने जां करतार दा, गड्डी दे नेड़े होए ते जदों जद तक इन्हां नूं अवेयर हुंदे कि कोई होर आ, उन्होंने चाके गड्डी दे विच सिट लिया। सो असी अपील करांगे उन सारे लोगों नूं कि कदी भी किसी अनजाण बंदे तो लिफ्ट ना लवो, क्योंकि ये तुहाडे लई खतरनाक भी हो सकता है।